ਸਸ਼ਿਕਾ ਸਾਰੇ ਨੂੰ ਮੈਂ ਨਾਜ਼ੁਕਪੁਰੀ ਡਫੜੂ ਲੁਧਿਆਣਾ ਤੋਂ ਤੇ ਮੇਰੇ ਨਾਲ ਹੈ ਪ੍ਰਭਜੋਤ ਕੌਰ ਤੁਸੀਂ ਮੇਰੇ ਹੱਥ 'ਚ ਪਾਸਪੋਰਟ ਦੇਖ ਕੇ ਸਮਝ ਗਏ ਹੋਣੇ ਕਿ ਮੇਰੇ ਨਾਲ ਪ੍ਰਭਜੋਤ ਕੌਰ ਹੈ ਪਾਸਪੋਰਟ ਹੈ ਤੇ ਕੈਨੇਡਾ ਦਾ ਵੀਜ਼ਾ ਹੋਰ ਆ ਗਿਆ ਹੈ ਪ੍ਰਭਜੋਤ ਦਾ ਤੇ ਚਲੀ ਜਾਣਦੇ ਆ ਪ੍ਰਭਜੋਤ ਦੀ ਜਰਨੀ ਡਫੜੂ ਲੁਧਿਆਣਾ ਦੇ ਨਾਲ ਕਿਵੇਂ ਰਹੀ ਪ੍ਰਭਜੋਤ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਮੈਮ ਅਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਭਜੋਤ ਕਿਵੇਂ ਲੱਗ ਰਿਹਾ बहुत खुशी मैम बहुत खुशी हो रही है बहुत ज्यादा ठीक है प्रभजोत अपनी लास्ट क्वालिफिकेशन की है डीएमएलटी मैम ठीक है ते आईएलटीएस कितना स्कोर रहे 6 मैम 6 हां जी ते हुन ਤੁਸੀਂ ਕਿਹੜੇ ਕਾਲਜ ਜਾ ਰਹੇ ਹੋ ਕੈਨੇਡਾ ਸੈਂਟ ਕਲੇਅਰ ਮੈਮ ਸੈਂਟ ਕਲੇਅਰ ਤੇ ਕਿਹੜਾ ਕੋਰਸ ਚੂਜ਼ ਕੀਤਾ ਹੈਲਥ ਕੇਅਰ ਸਰਵਿਸਿਸ ਹੈਲਥ ਕੇਅਰ ਸਰਵਿਸਿਸ ਠੀਕ ਹੈ ਤੇ ਪ੍ਰਭਜੋਤ ਡਫੜਲਸ ਬਾਰੇ ਕਿੱਥੋਂ ਪਤਾ ਲੱਗਿਆ ਮੇਰੀ ਸਿਸਟਰ ਇਨ ਲਾਅ ਤੋਂ ਉਹਨਾਂ ਨੇ ਪਹਿਲਾਂ ਫਾਈਲ ਲਗਾਈ ਸੀਗੀ ਤੇ ਹੁਣ ਉਹ ਵੀ ਉੱਥੇ ਹੀ ਆ ਮੈਂ ਉਹਨਾਂ ਕੋਲ ਹੀ ਜਾਣਾ ਹਾਂ ਅੱਛਾ ਉਹਨਾਂ ਕੋਲ ਹੀ ਜਾ ਰਹੇ ਸੀ ਉਹਨਾਂ ਦੀ ਫਾਈਲਿੰਗ ਵਿੱਚ ਹੀ ਹੋਈ ਸੀਗੀ ਤੇ ਉਹਨਾਂ ਦੀ ਫਾਈਲਿੰਗ ਵਧੀਆ ਕਰਕੇ ਸੀਗੇ ਤੁਹਾਨੂੰ ਸਾਨੂੰ ਇੱਥੇ ਤਾਂ ਹੀ ਕਿਹਾ ਸੀਗਾ ਤੁਸੀਂ ਇੱਥੇ ਲਗਾ ਲਓ ਤੇ ਉਹਨਾਂ ਦਾ ਨਾਮ ਕੀ ਆ ਗਗਨ ਗਗਨ ਹਾਂਜੀ ਥੈਂਕ ਯੂ ਗਗਨ ਜੀ ਆਪਨੇ ਇਹਨਾਂ ਨੂੰ ਰეკਮੈਂਡ ਕੀਤਾ ਹੋਗਾ ਨਾ ਅੰਦਰ ਕੀ ਬਾਤੇ ਤੋਂ ਆਪਨੇ ਬਤਾਈ ਹੈ ਕਿ ਬੜੇ ਚੰਗੇ ਨੇ ਤੁਸੀਂ ਕਰ ਲਓ ਬਟ ਥੈਂਕ ਯੂ ਸੋ ਮਚ ਕਿ ਆਪਨੇ ਇਹਨਾਂ ਨੂੰ ਰეკਮੈਂਡ ਕੀਤਾ ਔਰ ਇਹ ਹਮਾਰੇ ਪਾਸ ਆਏ ਅੱਛਾ ਆਪਕੇ ਸਾਥ ਕੋਈ ਆਏ ਵੀ ਹੈ ਕੌਣ ਆਏ ਹੈ ਮੰਮੀ ਹੈ ਠੀਕ ਹੈ ਮੰਮੀ ਇਹਦੇ ਬਦਲ ਲਾਣੇ ਠੀਕ ਹੈ ਤੇ ਜਦੋਂ ਤੁਹਾਡਾ ਵੀਜ਼ਾ ਆਇਆ ਤੇ ਉਦੋਂ ਤੁਸੀਂ ਪੇਕੇ ਸੀਗੇ ਕਿ ਸੋਰੀ ਸੀਗੇ ਮੈਮ ਅਸੇ ਉਸ ਮੈਂ ਮੈਰਿਜ ਤਾਂ ਹੋਈ ਨਹੀਂ ਮੇਰੀ ਠੀਕ ਹੈ ਮਤਲਬ ਸਟਡੀ ਤੋਂ ਬਾਅਦ ਮੈਰਿਜ ਕਰਵਾਵਾਂਗੇ ਠੀਕ ਹੈ ਫਾਈਲ ਨੂੰ ਪਹਿਲਾਂ ਇਧਰ ਕੀਤੀ ਠੀਕ ਹੈ ਤੇ ਪ੍ਰਭਜੋਤ ਸਭ ਤੋਂ ਪਹਿਲਾਂ ਤੁਹਾਡੀ ਮੰਮੀ ਕੋਲੋਂ ਜਾਣਦੇ ਆ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਕਿਵੇਂ ਹੋ ਤੇ ਅੱਡੀ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਤੋਂ ਪੁੱਛ ਰਹੇ ਆ ਕਿ ਜਦੋਂ ਪ੍ਰਭਜੋਤ ਦਾ ਵੀਜ਼ਾ ਆਇਆ ਤੇ ਦੇਖੋ ਮੰਮੀਆਂ ਨੂੰ ਨਾ ਜ਼ਿਆਦਾ ਟੈਨਸ਼ਨਾਂ ਹੁੰਦੀਆਂ ਤੇ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਵੀਜ਼ਾ ਆ ਗਿਆ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸਭ ਤੋਂ ਪਹਿਲੀ ਜੀ ਤੁਹਾਡੇ ਦਿਲੋਂ ਕੀ ਆਈ ਪਹਿਲਾਂ ਤਾਂ ਅੱਖਾਂ 'ਚ ਅਸਰ ਵੀ ਆਇਆ ਯਕੀਨ ਹੀ ਨਹੀਂ ਸੀਗਾ ਵੀ ਬੇਟੀ ਦੇ ਇਦਾਂ ਜਿਹੋ ਪਰਮਾਤਮਾ ਨੇ ਸੱਚੇ ਪਾਈ ਸੰਸਿਨੀ ਪੰਜ ਬੇਟੀਆਂ ਹੀ ਆ ਮੇਰੇ ਅੱਛਾ ਕੀ ਬਾਤ ਹੈ ਇਹਨਾਂ ਦੇ ਬ੍ਰਦਰ ਹੈ ਨਹੀਂਗਾ ਠੀਕ ਹੈ ਪੰਜ ਬੇਟੀਆਂ ਮੇਰੇ ਪੰਜ ਦੋ ਬੇਟੀਆਂ ਇੱਕ ਬੇਟਾ मेरे बेटे का फोन आया बहुत धन्यवाद फिर मैं मैम नूं कन्फर्म किया भी इदां हैगे ते फिर कहिंदे हां जी फिर मैं सारे नूं घरे फोन लाउण लग गई उस टाइम ते भी इदां करके वीजा आ गया मतलब मैनू बहुत ज्यादा सारे फ्रेंड्स भी पूछने लगे की हो गया मैं क्या इदां करके ना भी वीजा आ गया मेरा हां जी ठीक है ਤੇ ਫਿਰ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਪਹਿਲਾਂ ਮੈਂ ਉਸ ਦੇ ਸਾਰੇ ਨੂੰ ਫੋਨ ਲਾਇਆ ਮੈਨੂੰ ਫੋਨ ਕਰਨੇ ਚੱਕਿਆ ਇੱਧਰ ਵੀ ਚੱਕਿਆ ਫਿਰ ਮੈਨੂੰ ਉੱਧਰ ਜਸਮ ਮੇਰੇ ਹਸਬੰਦ ਨੂੰ ਫੋਨ ਕਰਨਾ ਪਿਆ ਫਿਰ ਉਹ ਸਾਰੇ ਉਹ ਕਹਿੰਦੇ ਮੈਂ ਸੁਣਾਵਾਂ ਮੰਮੀ ਉਹਨਾਂ ਨੂੰ ਇਹ ਕਹਿੰਦੇ ਮੈਂ ਦੱਸਣਾ ਮੈਂ ਕਿਹਾ ਤੁਸੀਂ ਦੱਸ ਦਿਓ ਪਰ ਇਹ
गुरुद्वारा साहब बहुत ज्यादा पाठ बहुत ज्यादा करती है गुरुद्वारा साहब जाई जाए फोन लाया इतने वीजा आया जो फोन आया कहते मम्मी तुम कितने मैं असं प्रभजोत वीजा गया कुड़ी तो बेचारी तो खुशी ना समझी जाए इन खुश हो बहुत ज्यादा फिर आंदी हुई डब्बा लेके आई कहती मम्मी मैं सारे में जाना उसने पहला ना दसा मैं बहुत सुस्ते पे सी मैं स्थान फोन लाया प्रभजोत जी गल करिए वीजा डिपार्टमेंट की सर्विसिज की फिर साडी गां सारा प्रोसेस स्टार्ट किया मतलब सर्विस सारी वधिया सीगी कोई ओरिजिनल डॉक्यूमेंट इन्होंने रखे अपने कोल मैं खुद ने भी ज्यादा नहीं पता मतलब इनकी ट्रांसपेरेंसी ने दी जिदा आंदे पासपोर्ट देने जा रहे हैं।